ਮੁੱਖ ਮੰਤਰੀ ਨੇ ਪਤਾ ਨਹੀਂ ਕਿਹੜੀ ਅੱਗ ਲਾਤੀ ਹੈ, ਕਾਹਦੀ ਅੱਗ ਲਾਤੀ ਯਾਰ, ਬੇੜਾ ਗਰਕਾਂ 'ਤੇ ਹੋਇਆ। ਕਈ ਕਹਿ ਰਿਹਾ ਜੀ ਉਹਨੂੰ ਕਿ ਨਹੀਂ ਉਹ ਗਰੀਬ ਪਰਿਵਾਰ ਦਾ, ਉਹਨੂੰ ਇਹ ਨਹੀਂ ਪਤਾ ਰਿਹਾ ਉਹ ਵਿਚਾਰਾ ਵਰਤ ਹੋ ਰਿਹਾ। ਉਹ ਜਿਹੜੀ ਕੁੜੀ ਕੋਈ ਗਾ ਰਹੀ, ਮੈਨੂੰ ਤਾਂ ਪਤਾ ਨਹੀਂ ਕੀ ਨਾਂ, ਸੋਨੀ ਮਾਨਪਤਨੀ ਇਸ ਤਰ੍ਹਾਂ ਦਾ ਕੁਝ ਨਾਂ। ਪਹਿਲੀ ਗੱਲ ਤਾਂ ਉਹ ਸਿੰਗਰ ਕੀ ਸਿੰਗਰ ਲੱਗਦੀ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ ਅਤੇ ਦੋਸਤ ਕੁਲਵਿੰਦਰ। ਧਮਕਵੇਸ ਵਾਲੇ ਮੁੱਖ ਮੰਤਰੀ ਦੇ ਹਰ ਇੱਕ ਗਾਣੇ ਦੇ ਵਿੱਚ ਕੀਤੇ ਗਏ ਰੈਪ ਨੂੰ ਜਿੱਥੇ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ, ਉੱਥੇ ਹੀ ਕੁਝ ਫੇਮਸ ਪੰਜਾਬੀ ਸਿੰਗਰਾਂ ਵੱਲੋਂ ਹੁਣ ਮੁੱਖ ਮੰਤਰੀ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਇਸੇ ਲੜੀ ਦੇ ਤਹਿਤ ਪੰਜਾਬੀ ਸਿੰਗਰ ਬਲਰਾਜ ਨੇ ਆਪਣੀ ਇੱਕ ਇੰਟਰਵਿਊ ਦੇ ਦੌਰਾਨ ਮੁੱਖ ਮੰਤਰੀ ਅਤੇ ਸੋਨੀ ਮਾਨ 'ਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਬਲਰਾਜ ਨੇ ਆਪਣੀ ਇੰਟਰਵਿਊ ਦੇ ਵਿੱਚ ਕੀ ਕਿਹਾ ਹੈ ਦਿਖਾਉਣ ਦੇ ਲਈ ਆਓ ਹੁਣ ਤੁਹਾਡੀ ਝਲਕ ਮਰਾਉਂਦੇ ਹਾਂ ਬਲਰਾਜ ਦੀ ਇੰਟਰਵਿਊ ਦੇ ਕੁਝ ਹਾਈਲਾਈਟਸ 'ਤੇ। ਇਸ ਦੇ ਇਲਾਵਾ ਦੋਸਤੋ, ਤੁਸੀਂ ਇਸ ਮਸਲੇ ਬਾਰੇ ਕੀ ਸੋਚਦੇ ਹੋ ਅਤੇ ਤੁਸੀਂ ਕਿਸ ਦੇ ਨਾਲ ਸਹਿਮਤ ਹੋ, ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ। ਅਤੇ ਜਿਹੜੇ ਦੋਸਤਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈੱਲ ਜ਼ਰੂਰ ਔਨ ਕਰ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਅਤੇ ਹੋਰ ਇੰਟਰਟੇਨਿੰਗ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ। ਸੋ ਤੁਹਾਡਾ ਹੋਰ ਸਮਾਂ ਨਾ ਲੈਂਦੇ ਹੋਏ ਆਓ ਹੁਣ ਝਲਕ ਮਾਰਦੇ ਹਾਂ ਬਲਰਾਜ ਦੀ ਇਸ ਇੰਟਰਵਿਊ 'ਤੇ। ਮੁੱਖ ਮੰਤਰੀ ਅਸਲ 'ਚ ਲੋਕਾਂ ਦਾ ਇੰਟਰਟੇਨਮੈਂਟ ਆ, ਮੈਨੂੰ ਤਾਂ ਸਮਝ ਨਹੀਂ ਲੱਗ ਰਿਹਾ ਸਾਡੇ ਵੇਲੇ ਤਾਂ ਇੱਦਾਂ ਲੱਗ ਰਿਹਾ ਹੁੰਦਾ ਕਿ ਪੰਜਾਬੀ ਗਾਇਕੀ ਦਾ ਇੰਨਾ ਮਾੜਾ ਹਾਲ ਹੋ ਜੂਗਾ, ਨਾ ਉਹਨੂੰ ਸੁਰ ਦਾ ਪਤਾ, ਨਾ ਤਾਲ ਦਾ ਪਤਾ, ਅਤੇ ਲੋਕ ਤੁਸੀਂ ਵੈਸੇ ਦੇਖ ਲਓ ਨਾ, ਇੱਥੇ ਇੱਕ ਮਦਾਰੀ ਆ, ਜਦੋਂ ਬਾਂਦਰ ਦਾ ਤਮਾਸ਼ਾ ਕਰਦਾ ਨਾ ਲੋਕ ਉਹਦੇ ਦੁਆਲੇ ਵੀ ਇਕੱਠੇ ਹੋ ਜਾਂਦੇ ਆ, ਇੱਕ ਜਾਦੂਗਰ ਜਾਦੂ ਕਰਦਾ ਅਤੇ ਲੋਕ ਉਹਦੇ ਦੁਆਲੇ ਵੀ ਇਕੱਠੇ ਹੋ ਜਾਂਦੇ ਨੇ। ਜਸਟ ਇਹ ਇੱਕ ਭੇਡ ਚਾਲ ਆ। ਪਹਿਲਾਂ ਅਸੀਂ ਇੱਕ ਨਛੱਤਰ ਮਿਸਤਰੀ ਹਰਮਨ ਚੀਮਾ, ਅੱਜ ਪਤਾ ਨਹੀਂ ਉਹ ਕਿੱਥੇ ਚਲ ਗਿਆ, ਉਹੀ ਹਾਲ ਇਸ ਮੁੰਡੇ ਦਾ ਹੋਣਾ, ਕਿਉਂਕਿ ਇਹ ਇੱਕ ਹੁਣ ਲੋਕਾਂ ਨੂੰ ਲੱਗ ਰਿਹਾ ਕਿ ਪਤਾ ਨਹੀਂ ਕੀ ਆ, ਪਤਾ ਹੀ ਨਹੀਂ ਕੀ ਆ ਯਾਰ ਉਹ ਬੰਦਾ। ਹਾਲਾਂਕਿ ਮੈਂ ਇਸ ਗੱਲ ਦੇ ਹੱਕ 'ਚ ਹੈ ਕਿ ਉਹ ਇੱਕ ਗਰੀਬ ਪਰਿਵਾਰ ਦਾ, ਜੇ ਗਰੀਬਾਂ ਦੀ ਗੱਲ ਕਰਨੀ ਆ ਤਾਂ ਪੰਜਾਬ 'ਚ ਪਤਾ ਨਹੀਂ ਕਿੰਨੇ ਲੱਖ ਲੋਕ ਨੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ, ਜਿਨ੍ਹਾਂ ਦੀ ਰੋਜ਼ੀ ਰੋਟੀ ਦਾ ਜਿਹੜਾ ਮਸਲਾ ਹੀ ਨਹੀਂ ਚੱਲਦਾ, ਬੜਾ ਔਖਾ ਆ। ਤੁਸੀਂ ਸਾਡੀ ਇੱਕ ਐਨ ਜੀ ਓ ਚੱਲਦੀ ਆ, ਤੁਸੀਂ ਕਿਸੇ ਤਰੁਣ ਜੀ ਇੱਕ ਕਿਸੇ ਹੋਸਪਿਟਲ 'ਚ ਚਲੇ ਜਾਇਓ ਜੀ, ਉਸ ਮੈਡੀਕਲ ਸਟੋਰ 'ਤੇ, ਹੋਸਪਿਟਲ ਦੇ ਮੈਡੀਕਲ ਸਟੋਰ 'ਤੇ ਖੜ੍ਹ ਕੇ ਦੇਖਿਓ, ਕਈ ਬੰਦੇ ਇੱਦਾਂ ਦੇ ਆਉਂਦੇ ਨੇ ਜਿਨ੍ਹਾਂ ਦੀ ਜੇਬ 'ਚ ਪੈਸੇ ਨਹੀਂ ਹੁੰਦੇ ਕਿ ਉਹ ਦਵਾਈ ਲੈ ਸਕਣ। ਬਿਲਕੁਲ, ਹੈ ਨਾ, ਜੇ ਹੁਣ ਕਈ ਕਹਿ ਰਿਹਾ ਜੀ ਉਹਨੂੰ ਕਿ ਨਹੀਂ ਉਹ ਗਰੀਬ ਪਰਿਵਾਰ ਦਾ, ਉਹਨੂੰ ਇਹ ਨਹੀਂ ਪਤਾ ਰਿਹਾ ਉਹ ਵਿਚਾਰਾ ਵਰਤ ਹੋ ਰਿਹਾ ਬੱਚਾ, ਉਹ ਵਰਤ ਹੋ ਰਿਹਾ, ਉਹ ਜਿਹੜੀ ਕੁੜੀ ਕੋਈ ਗਾ ਰਹੀ, ਮੈਨੂੰ ਤਾਂ ਪਤਾ ਨਹੀਂ ਕੀ ਨਾਂ, ਸੋਨੀ ਮਾਨਪਤਨੀ ਇਸ ਤਰ੍ਹਾਂ ਦਾ ਕੁਝ ਨਾਂ। ਪਹਿਲੀ ਗੱਲ ਤਾਂ ਉਹ ਸਿੰਗਰ ਕੀ ਸਿੰਗਰ ਲੱਗਦੀ ਨਹੀਂ ਹੈ ਉਹ, ਹੈ ਨਾ, ਬੇੜਾ ਗਰਕ ਕਰਨ 'ਤੇ ਹੋਇਆ ਇਹੋ ਜਿਹੇ ਬੰਦਿਆਂ ਦਾ। ਮੈਂ ਤਾਂ ਕਹਿੰਦਾ ਕਿ ਸਮਾਜਿਕ ਲਈ ਬਾਈਕਾਟ ਕਰਨਾ ਚਾਹੀਦਾ, ਲੋਕ ਤੁਸੀਂ ਦੇਖ ਲਓ ਕਮੈਂਟ ਪੜ੍ਹ ਲਓ, ਯੂਰ ਤਾਂ ਜ਼ਰੂਰ ਹੋਇਆ ਉਹਦੇ ਭਾਈ, ਟ੍ਰੈਂਡਿੰਗ 'ਚ ਆ ਗਿਆ, ਅਤੇ ਉਹਦੇ ਲਈ ਜ਼ਿੰਮੇਵਾਰ ਅਸੀਂ ਹਾਂ। ਮੁੱਖ ਮੰਤਰੀ ਉਹ ਪਾਗਲ ਜਿਹਾ ਕੀ ਬੋਲੀ ਜਾ ਰਿਹਾ, ਗੰਦ ਬੋਲ ਰਿਹਾ, ਪੰਜਾਬੀ ਗਾਇਕੀ ਦਾ ਬੇੜਾ ਗਰਕ ਕਰਨ 'ਤੇ ਹੋਇਆ ਬੰਦੇ। ਮੈਂ ਤਾਂ ਕਹਿ ਰਿਹਾ ਕਿ ਇਹਨਾਂ ਦਾ ਹੁਣ ਮੇਰੇ ਹੱਥ ਬਸ ਹੋਵੇ ਨਾ ਤਾਂ ਫਿਰ ਮੈਂ ਦੱਸਦਾ ਵੀ ਇਹ ਗੱਲਾਂ ਕਿਵੇਂ। ਤੁਸੀਂ ਪਹਿਲਾਂ ਦੇਖ ਲਓ ਉਹ ਜਿਹੜਾ ਮੁੰਡਾ ਹਰਮਨ ਚੀਮਾ ਸੀ, ਉਹਦਾ ਵੀ ਇਹੀ ਹਾਲ ਸੀ, ਬਿਲਕੁਲ ਬੜਾ ਟ੍ਰੈਂਡਿੰਗ 'ਚ ਆ, ਉਹਦਾ ਬਾਅਦ ਵਿੱਚ ਅੱਜ ਉਹਦੇ ਜੋ ਹਾਲਾਤ ਨੇ ਉਹਨੂੰ ਕੋਈ ਨਹੀਂ ਪੁੱਛ ਰਿਹਾ। ਜਹਾਂ ਜਿਹੜੇ ਉਹਨੂੰ ਨਾਲ ਲਈ ਫਿਰਦੇ ਦੋ ਤਿੰਨ ਜਾਣੇ, ਉਹਨਾਂ ਦਾ ਤਾਂ ਸ਼ਾਇਦ ਕੁਝ ਬਣ ਗਿਆ ਹੋਊਗਾ, ਪਰ ਉਹਦਾ ਤਾਂ ਕੁਝ ਨਹੀਂ ਬਣਿਆ ਵਿਚਾਰੇ ਦਾ, ਅਤੇ ਬਣਨਾ ਇਹਦਾ ਵੀ ਵਿਚਾਰੇ ਦਾ ਕੁਛ ਨਹੀਂ।